ਸ੍ਰੀ ਅਕਾਲ ਦੋਸਤੋ ਸਾਰਾ ਟੀਵੀ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਸੋ ਬੇਨਤੀ ਆ ਕਿ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਦਿੱਲੀ ਤੋਂ ਇਹ ਮੰਗੋਲਪੁਰੀ ਚ ਗੈਸ ਲੀਕ ਹੋਣ ਨਾਲ ਭਿਆਨਕ ਅੱਗ ਲੱਗ ਗਈ ਜਿੰਨਾ ਚ 13 ਲੋਕ ਜਲਸ ਗਏ ਨੇ ਸਿਲੰਡਰ ਵਿੱਚੋਂ ਗੈਸ ਲੀਕ ਹੋਣ ਕਾਰਨ ਸ਼ਨੀਵਾਰ ਸ਼ਾਮ ਨੂੰ ਦਿੱਲੀ ਦੇ ਮੰਗੋਲਪੁਰੀ ਖੇਤਰ ਵਿੱਚ ਭਿਆਨਕ ਅੱਗ ਲੱਗ ਗਈ ਇਸ ਅੱਗ ਵਿੱਚ 13 ਲੋਕ ਜਲਸ ਗਏ ਜਿਨ੍ਹਾਂ ਚੋਂ 4 ਲੋਕ ਗੰਭੀਰ ਜ਼ਖਮੀ ਹੋਏ ਹਨ ਜਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਪੁਲਿਸ ਨੂੰ ਸ਼ਨੀਵਾਰ ਸ਼ਾਮ 6:30 ਵਜੇ ਅੱਗ ਲੱਗਣ ਦੀ ਜਾਣਕਾਰੀ ਮਿਲੀ ਤੁਰੰਤ ਪੁਲਿਸ ਨੇ ਨਾਲ ਫਾਇਰ ਬਿਗਰੇਡ ਦੀਆਂ ਦੋ ਗੱਡੀਆਂ ਲੈ ਕੇ ਘਰਨਾ ਹਸਤਲ ਤੇ ਪਹੁੰਚੇ ਤੇ ਅੱਗ ਤੇ ਜਲਦ ਕਾਬੂ ਪਾ ਲਿਆ ਆ ਇਸ ਹਾਦਸੇ ਨੇ ਸਾਰੇ ਖੇਤਰ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅੱਗ ਦੀਆਂ ਲਪੇਟਾਂ ਇੰਨੀਆਂ ਦੂਰ ਤੇ ਜ਼ਬਰਦਸਤਨ ਕਿ ਆਸ-ਪਾਸ ਦੇ ਕਈ ਮਕਾਨਾਂ ਤੱਕ ਇਹਨਾਂ ਦੀ ਪਹੁੰਚ ਹੋ ਗਈ ਅਤੇ ਆਸ-ਪਾਸ ਦੇ ਮਕਾਨਾਂ ਵਿੱਚ ਰਹਿੰਦੇ ਲੋਕ ਇਨ੍ਹਾਂ ਦੀਆਂ ਲਪੇਟਾਂ ਵਿੱਚ ਆ ਗਏ ਚਾਰ ਗੰਭੀਰ ਜ਼ਖਮੀਆਂ ਨੂੰ ਸਫਦਰਜੰਗ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਫਿਲਹਾਲ ਪੁਲਿਸ ਨੇ ਕਾਰਨ ਉਸਿਲ ਕਰ ਦਿੱਤਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਸਾ ਇਹਨਾਂ ਭਿਆਨਕ ਸੀ ਕੀ ਦੇਰ ਰਾਤ ਤੱਕ ਸਥਾਨਕ ਲੋਕਾਂ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ ਨੇੜਲੇ ਲੋਕਾਂ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਅੱਗ ਲੱਗੀ ਹੈ ਅਤੇ ਬਹੁਤ ਸਾਰੇ ਲੋਕ ਇਸ ਵਿੱਚ ਚਲਸ ਗਏ ਹਨ ਚਲਸੇ ਲੋਕਾਂ ਨੂੰ ਕੰਬਲ ਵਿੱਚ ਲਪੇਟ ਕੇ ਹਸਪਤਾਲ ਲਿਆਂਦਾ ਗਿਆ ਪੁਲਿਸ ਨੇ ਦੱਸਿਆ ਕਿ ਸਵਿੱਤਰੀ ਸਚਿਨ ਗੀਤਾ ਪ੍ਰਿੰਸ ਲక్ష్ਮੀ ਵਿਨੋਦ ਵਿਵੇਕ ਛਤਰਪਾਲ ਸੰਜੂ ਸੰਧਿਆ ਨਿਰਮਲਾ ਮਹਿਮਾ ਅਤੇ ਮੌਨਿਕਸ ਦਾ ਜ਼ਖਮੀ ਹੋਏ ਹਨ ਅਤੇ ਇਹਨਾਂ ਨੂੰ ਸੰਜੇ ગાંધી ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਬਾਅਦ ਵਿੱਚ ਸ਼ਵਿਤਰੀ ਸਚਿਨ ਗੀਤਾ ਤੇ ਪ੍ਰਿੰਸ ਨੂੰ ਗੰਭੀਰ ਜ਼ੁਲਸ ਜਾਣ ਕਾਰਨ ਸਫਦਰਜਿੰਗ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹਾਲਾਂਕਿ ਇਸ ਸਾਰਾ ਮਾਮਲਾ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ ਸੋ ਦੋਸਤੋ ਇਹੋ ਜਿਹੇ ਹੋਰ ਅਪਡੇਟਸ ਦੇ ਲਈ ਬਨੇ ਰਹੋ ਸਾਡਾ ਟੀਵੀ ਯੂਐਸਏ ਦੇ ਨਾਲ ਤੇ ਜਲਦ ਹਾਜ਼ਰ ਹੋਣੇ ਆ ਅਗਲੀ ਖਬਰ ਲੈ ਕੇ ਧੰਨਵਾਦ